ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜੱਗੀ ਖਾਈ ਵਾਲਾ। ਇਸ ਟਾਈਮ ਯੂਰਪ ਯੂਨੀਅਨ ਹੰਗਰੀ ਦੇ ਵਿੱਚ ਹਾਂ ਅਤੇ ਬਹੁਤਾ ਵੱਡਾ ਮੋਟਿਵ ਨਹੀਂ ਗਾ ਇਸ ਵੀਡੀਓ ਬਣਾਉਣ ਦਾ, ਪਰ ਅੱਜ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਗਾ ਕਿ ਮੈਂ ਪਾਰਟ ਟਾਈਮ ਦੇ ਵਿੱਚ ਕੀ ਕਰਦਾ ਗਾ। ਜਦੋਂ ਮੈਂ ਵੀਡੀਓ ਵਗੈਰਾ ਬਣਾਉਂਦਾ ਗਾ ਅਤੇ ਵੀਡੀਓ ਵਗੈਰਾ ਤੋਂ ਬਾਅਦ ਅਲੱਗ ਟਾਈਮ ਜਿਹੜਾ ਵੱਜਦਾ ਜਾਂ ਕੰਮਾਂ ਤੋਂ ਬਾਅਦ ਯੂਰਪ ਦੇ ਵਿੱਚ, ਅਤੇ ਉਸ ਤੋਂ ਬਾਅਦ ਮੇਰਾ ਇੱਕ ਸ਼ੌਂਕ ਹੁੰਦਾ ਗਾ ਗਾਰਡਨਿੰਗ ਦਾ ਜਾਂ ਕੋਈ ਖੇਤੀ ਦਾ ਕੰਮ ਜਾਂ ਕੁਛ ਹੋਰ ਅਜਿਹੇ ਕੰਮ ਕਰਦਾ ਰਹਿੰਦਾ ਗਾ, ਅਤੇ ਉਹ ਮੇਰਾ ਸ਼ੌਂਕ ਹਮੇਸ਼ਾ ਜਾਰੀ ਰਹਿੰਦਾ ਗਾ। ਅਤੇ ਮੇਰਾ ਦੋਸਤ ਸੀਗਾ ਜਦੋਂ ਮੈਂ ਆਇਆ ਸੀਗਾ, ਅਤੇ ਉਦੋਂ ਆ ਕੇ ਕੰਮ 'ਤੇ ਕੋਈ ਐਂ ਹੁੰਦਾ ਸੀਗਾ ਮਾਇੰਡ ਬਹੁਤ ਜ਼ਿਆਦਾ ਡਿਪਰੈਸ ਹੋ ਜਾਂਦਾ ਸੀਗਾ ਗੱਲਾਂ ਸੁਣ ਕੇ ਕਰਕੇ ਕੰਮਾਂ ਦੇ ਵਿੱਚ ਜਦੋਂ ਹੁੰਦਾ ਸੀਗਾ, ਅਤੇ ਉਦੋਂ ਇੱਕ ਹੁੰਦਾ ਸੀਗਾ ਯਾਰ ਹਰ ਫਰੈਸ਼ ਹੋਣ ਲਈ ਕੋਈ ਖੇਤੀਬਾੜੀ ਦਾ ਜਾਂ ਸ਼ਾਂਤ ਵਾਲਾ ਜਾਂ ਉਹ ਜਿਹਾ ਕੰਮ ਹੋਵੇ ਜਿਹਦੇ 'ਚ ਦਿਮਾਗ ਲੱਗ ਸਕੇ। ਅਤੇ ਉਹ ਸੀਗਾ ਮੇਰਾ ਇੱਕ ਗਾਰਡਨਿੰਗ ਦਾ, ਮੈਂ ਆਪਦੇ ਘਰ ਵੀ ਪਹਿਲਾਂ ਕਰਦਾ ਰਹਿੰਦਾ ਸੀ ਅਤੇ ਮੈਂ ਅੱਜ ਵੀ ਉਹੀ ਉਹ ਜਦੋਂ ਹੁੰਦਾ ਸਮਾਂ ਸ਼ਨੀਵਾਰ ਜਾਂ ਕੋਈ ਐਤਵਾਰ ਟਾਈਮ ਆਉਂਦਾ ਉਦੋਂ ਮੈਂ ਕਰਦਾ ਰਹਿੰਦਾ। ਅਤੇ ਤੁਸੀਂ ਆ ਪਿੱਛੇ ਦੇਖ ਰਹੇ ਹੋ ਲੋਕੇਸ਼ਨ ਬਹੁਤ ਸੋਹਣੀ ਬਣੀ ਪਈ ਆ, ਜੇ ਤੁਹਾਨੂੰ ਚੰਗੀ ਲੱਗੀ ਹੋਵੇ। ਅਤੇ ਆਹ ਮੈਂ ਛਤਰੀ ਵਗੈਰਾ ਅਤੇ ਆਹ ਘਾਹ ਵਗੈਰਾ ਲਾਇਆ ਸੀਗਾ, ਅਤੇ ਤੁਸੀਂ ਇਹ ਥੱਲੇ ਦੇਖ ਰਹੇ ਹੋ ਬਹੁਤ ਸੋਹਣੀ, ਪਿਛਲੇ ਬੈਕਗਰਾਊਂਡ ਬਹੁਤ ਸੋਹਣੀ ਤੁਸੀਂ ਦੇਖ ਰਹੇ ਹੋ ਬਣ ਗਈ ਆ। ਅਤੇ ਉਹ ਬੈਕ ਸਾਈਡ ਜਿਹੜੇ ਤੇ ਰੰਗ ਵਗੈਰਾ ਤੁਸੀਂ ਰੰਗ ਵਗੈਰਾ ਜਿਹੜੇ ਬਚੇ ਹੋਏ ਸੀ ਘਰ ਦੇ ਵਿੱਚ ਉਸ ਦੋਸਤ ਦੇ, ਅਤੇ ਉਸ ਨੂੰ ਮੈਂ ਰੰਗਾਂ ਨੂੰ ਇਸ ਤਰ੍ਹਾਂ ਯੂਜ਼ ਕੀਤਾ ਵੀ ਇਹ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਸੀ ਉਹ ਉਹਨੂੰ ਐਂ ਵਧੀਆ ਡੈਕੋਰੇਟ ਕਰਤਾ। ਅਤੇ ਇੱਥੇ ਜਿਹੜਾ ਘਾਹ ਹੈ ਮੈਂ ਪਿਛਲੀ ਵਾਰ ਪਿਛਲੇ ਸਾਲ ਲਾਇਆ ਸੀ, ਐਤਕੀ ਬਹੁਤ ਸੋਹਣਾ ਹੋ ਚੁੱਕਿਆ। ਇੱਧਰਲੀ ਸਾਈਡ ਕੰਧ ਰੰਗ ਕਰਤੀ ਅਤੇ ਕਰਕੇ ਥੋੜ੍ਹੇ ਜਿਹੇ ਪੈਸਿਆਂ ਦੇ ਵਿੱਚ ਮੈਂ ਇਹਨੂੰ ਬਹੁਤ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ। ਅਤੇ ਤੁਸੀਂ ਅੱਜ ਦੇਖ ਰਹੇ ਹੋ ਛਤਰੀ ਨਾਲ ਬਹੁਤ ਸੋਹਣਾ ਡੈਕੋਰੇਟ ਹੋ ਗਿਆ। ਵੀ ਆਹ ਜਿਹੜੀ ਤੁਸੀਂ ਦੇਖ ਰਹੇ ਹੋ ਦੋਸਤੋ, ਜਿਹੜੀ ਆਹ ਥੱਲੇ ਦੇਖ ਰਹੇ ਹੋ ਡਰੰਮ ਜਿਹਾ, ਇਹ ਇੱਕ ਟੈਂਕੀ ਸੀਗੀ ਪੱਥਰ ਦੀ, ਇਹ ਵਾਧੂ ਹੀ ਪਈ ਸੀ ਇਹਨਾਂ ਦੇ। ਉਹਨੂੰ ਮੈਂ ਡਾਊਨ ਥੱਲੇ 5 ਫੁੱਟ 2.5 ਫੁੱਟ ਟੋਆ ਪੱਟ ਕੇ ਥੱਲੇ ਦੱਬਤੀ। ਇਹਦੇ ਉੱਪਰ ਆ ਜਿਹੜਾ ਕੁੰਡੇ ਲੱਗੇ ਹੋਏ ਆ, ਜਿਹੜੇ ਆਪਣੇ ਉੱਤੇ ਟੈਂਕੀਆਂ ਦੇ ਉੱਤੇ ਕੁੰਡੇ ਹੁੰਦੇ ਆ ਜਾਂ ਕਹਿੰਦੀ ਗਟਰਾਂ ਦੇ ਉੱਤੇ ਕੁੰਡੇ ਹੁੰਦੇ ਆ, ਉਹ ਸੀਗਾ ਢੱਕਣ ਗਟਰ ਵਾਲਾ। ਇੱਕ ਗਟਰ ਵਾਲੇ ਢੱਕਣ ਨੂੰ ਮੈਂ ਐਂ ਰੱਖ ਕੇ ਸੱਲ ਭਰ ਕੇ ਅਤੇ ਇਹਦੇ ਉੱਤੇ ਐਂ ਰੰਗ ਕਰਤਾ, ਜਿਹਨੂੰ ਇਹਨੂੰ ਟੇਬਲ ਬਣਾਤਾ। ਅਤੇ ਆਹ ਤੁਸੀਂ ਦੇਖ ਰਹੇ ਹੋ ਇਹਦੀਆਂ ਕੁਰਸੀਆਂ ਬਣਾਤੀਆਂ, ਜਿਹੜੇ ਕਹਿ ਦਈਏ ਵੀ ਆਪਣੇ ਲੱਕੜੀ ਦੇ ਗੁੱਟ ਕੇ ਜੇ ਹੁੰਦੇ ਆ। ਅਤੇ ਹੁਣ ਬਹੁਤ ਸੋਹਣਾ ਲੱਗਦਾ ਵੀ ਚਲੋ ਐਂ ਬਾਹਰ ਬੈਠਦੇ ਹਾਂ। ਉਹ ਮੇਰਾ ਦੋਸਤ ਬਹੁਤ ਖੁਸ਼ ਹੁੰਦਾ ਗਾ ਇਸ ਚੀਜ਼ ਨੂੰ ਦੇਖ ਕੇ, ਅਤੇ ਉਹਨੇ ਮੈਨੂੰ ਬਹੁਤ ਵਧੀਆ ਐਪਰੀਸ਼ੀਏਟ ਕੀਤਾ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਦੱਬ ਕੇ, ਕਿਉਂਕਿ ਮੈਂ ਹੋਰ ਵਧੀਆ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਹੁੰਦੀ ਆ ਵੀ ਚੰਗੀ ਚੀਜ਼ ਨੂੰ, ਚੰਗੀ ਚੀਜ਼ ਨੂੰ ਹਮੇਸ਼ਾ ਪ੍ਰਦਰਸ਼ਿਤ ਕਰਾਂ। ਜਿਹੜੀਆਂ ਮੈਂ ਹੋਰ ਵੀਡੀਓ ਪਹਿਲਾਂ ਲੈ ਕੇ ਆਇਆ ਗਾ ਉਹ ਹਮੇਸ਼ਾ ਮੈਂ ਉਹੋ ਜਿਹੀਆਂ ਕੋਸ਼ਿਸ਼ ਹੁੰਦੀ ਆ ਵੀ ਜਿਹੜੀ ਚੀਜ਼ ਕਿਸੇ ਨੇ ਨਹੀਂ ਦੇਖੀ ਉਹ ਚੀਜ਼ ਲਿਆਉਣ ਦੀ ਕੋਸ਼ਿਸ਼ ਹੁੰਦੀ ਆ। ਦੋਸਤੋ ਜਿਹੜਾ ਤੁਸੀਂ ਇੱਥੇ ਘਾਹ ਦੇਖ ਰਹੇ ਹੋ ਥੱਲੇ ਲੱਗਿਆ ਹੋਇਆ, ਇਹ ਆਪਣੇ ਇੰਡੀਆ ਦੇ ਵਿੱਚ ਤਾਂ ਜਿਹੜਾ ਘਾਹ ਹੁੰਦਾ ਗਾ ਉਹ ਜ਼ਿਆਦਾਤਰ ਆਪਣੇ ਫੁੱਟਾਂ ਦੇ ਹਿਸਾਬ ਨਾਲ ਜਾਂ ਉਸ ਹਿਸਾਬ ਨਾਲ ਲਾਇਆ ਜਾਂਦਾ, ਅਤੇ ਉਹ ਬਹੁਤ ਮਹਿੰਗਾ ਹੁੰਦਾ ਗਾ, ਵੈਸੇ ਕੋਸਟਲੀ ਹੁੰਦਾ ਗਾ। ਅਤੇ ਆਪਣੇ ਵੀ ਬਹੁਤ ਜ਼ਿਆਦਾਤਰ ਸੁੱਕਾ ਘਾਹ ਨਹੀਂ ਮਿਲਦਾ। ਯੂਨੀਵਰਸਿਟੀ ਮੈਂ ਪਤਾ ਕੀਤਾ ਸੀ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਲਾਉਣ ਦੇ ਵੇਲੇ, ਅਤੇ ਉੱਥੇ ਵੀ ਪਤਾ ਕੀਤਾ ਵੀ ਇਹ ਜਿਹੜਾ ਘਾਹ ਹੁੰਦਾ ਗਾ ਉਹ ਜ਼ਿਆਦਾਤਰ ਆਪਣੇ ਫੁੱਟਾਂ ਦੇ ਹਿਸਾਬ ਨਾਲ ਲੱਗਦਾ, ਜਿਹੜੇ ਉਹ ਆਪਣੇ ਹੁੰਦੇ ਆ ਮਾਲੀ ਉਹ ਫੁੱਟਾਂ ਦੇ ਹਿਸਾਬ ਨਾਲ ਇਹ ਘਾਹ ਲਾਉਂਦੇ ਆ। ਜਿਹੜੇ ਯੂਰਪ ਜਾਂ ਵਿਦੇਸ਼ਾਂ ਦੇ ਵਿੱਚ ਹੁੰਦਾ ਹੋਰ ਕੰਟਰੀਆਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਉਹ ਦੱਸ ਦੇਣਗੇ ਇਹੋ ਜਿਹਾ ਘਾਹ ਹੁੰਦਾ ਗਾ, ਅਤੇ ਤੁਸੀਂ ਆਹ ਦੇਖ ਸਕਦੇ ਹੋ। ਠੀਕ ਹੈ, ਇਹ ਇੱਕ ਜਿਵੇਂ ਆਪਣੇ ਹੁੰਦਾ ਗਾ ਬੂਰਾ ਟਾਈਪ ਜਾਂ ਜਿਵੇਂ ਜਵਾਰ ਬਾਜਰੇ ਦਾ ਵੀ ਹੁੰਦਾ ਗਾ, ਇਹ ਘਾਹ ਦਾ ਵੀ ਹੁੰਦਾ ਗਾ ਜਿਹੜੇ ਬਾਹਰਲੇ ਦੇਸ਼ਾਂ 'ਚ ਮਿਲ ਜਾਂਦਾ ਸਟੋਰਾਂ ਦੇ ਵਿੱਚ। ਇਹ ਮੈਂ ਛਿੱਟਾ ਦੇਤਾ ਸੀ ਅਤੇ ਬਹੁਤ ਸੋਹਣਾ ਘਾਹ ਉੱਗ ਖੜਿਆ ਹੈਗਾ, ਅਤੇ ਇਹ ਸਾਲ ਦੇ ਵਿੱਚ ਐਨ ਰੈਡੀ ਆ, ਅਤੇ ਇਸ ਤਰ੍ਹਾਂ ਮੈਂ ਇਹਨੂੰ ਬਹੁਤ ਵਧੀਆ ਡੈਕੋਰੇਟ ਕੀਤਾ ਹੋਇਆ। ਅਤੇ ਜਿਹੜੀ ਅੱਜ ਵੀਡੀਓ ਹੈਗੀ ਇੱਕ, ਅਸੀਂ ਇਹਨੂੰ ਤਿਆਰ ਕਰਨ ਦੇ ਲਈ ਕਟਿੰਗ ਦੀ ਬਹੁਤ ਪ੍ਰੋਬਲਮ ਆਉਂਦੀ ਸੀਗੀ, ਅਤੇ ਅੱਜ ਆਪਾਂ ਮਸ਼ੀਨ ਮੰਗਾਈ ਆ ਅਤੇ ਉਹ ਦੋਸਤ ਨੇ, ਅਤੇ ਉਹ ਮੈਨੂੰ ਐਂ ਸੀਗਾ ਚੱਲ ਮੈਂ ਦਿਖਾਵਾਂ ਕਿ ਇਸ ਤਰ੍ਹਾਂ ਦਾ ਮੈਂ ਇੱਕ ਤਿਆਰ ਕੀਤਾ, ਅਤੇ ਇਸ ਨੂੰ ਤੁਸੀਂ ਕਿੰਨਾ ਕੁ ਮੈਨੂੰ ਪਿਆਰ ਦਿੰਦੇ ਹੋ ਇਸ ਵੀਡੀਓ ਰਾਹੀਂ। ਅਤੇ ਕਿਉਂਕਿ ਮੈਂ ਇਹ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ, ਚੱਲ ਵੀਡੀਓ ਤਾਂ ਇਹਦਾ ਕੋਈ ਮੋਟਿਵ ਨਹੀਂ ਗਾ, ਪਰ ਇੱਕ ਗੱਲ ਇਹ ਇੱਕ ਸ਼ੌਂਕ ਆ ਜਿਹੜਾ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਮੈਂ ਆਪਣੇ ਸ਼ੌਂਕ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਆ। ਅਤੇ ਜਿਹੜੀਆਂ ਵੀਡੀਓ ਬਣਾਉਣਾ ਉਹਦਾ ਕਾਰਨ ਇਹ ਹੁੰਦਾ ਵੀ ਜਿਵੇਂ ਤੁਸੀਂ ਮੇਰੀਆਂ ਵੀਡੀਓ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ, ਅਤੇ ਲਾਈਵ ਦੇ ਵਿੱਚ ਵੀ ਮੈਂ ਕਹਿੰਦਾ ਰਿਹਾਗਾ ਕਿ ਜਿਹੜਾ ਮੇਰੀ ਇਹਦੇ ਵੀਡੀਓ 'ਚ ਕੋਈ ਇਨਕਮ ਆਉਂਦੀ ਆ, ਹਜੇ ਤੱਕ ਕੋਈ ਮੇਰੀ ਇਨਕਮ ਨਹੀਂ ਆਈ, ਜੇ ਕੋਈ ਇਨਕਮ ਆਉਂਦੀ ਆ ਉਹਦੇ ਵਿੱਚ ਇਹ ਹੁੰਦਾ ਗਾ ਕਿ ਮੈਂ ਜਿਹੜੇ ਇਹਦੇ 'ਚੋਂ ਆਊਗਾ ਵੀ ਉਹਦੇ 'ਚ ਜਿਹੜੇ ਮੈਂ ਆਪਦੇ ਪਿੰਡ ਜਾਂ ਆਪਦੇ ਏਰੀਏ ਦੇ ਵਿੱਚ ਸਪੋਰਟਸ ਦੇ ਲਈ ਮਤਲਬ ਹੈਲਪ ਕਰਦਾ ਰਹਿੰਦਾ। ਪਿਛਲੇ 10 ਸਾਲਾਂ 'ਚੋਂ ਮੈਂ ਪਿੰਡ
माची गया मेरा डिस्ट्रिक्ट मोगे दे विच ते उत्थे हमेशा मेरे एक क्लब चलती है। असी मैं 21 साल की चों लैके अज काफ़ी लंबा समा हो गया तो उस 8-9, 7-8 साल चलती नूं क्लब नूं हो गए तो उस राही मैं हमेशा मदद करने की कोशिश होंदी है। हुण भी यही मोटिवेशन तौर पर है कि मैं जे कदे भी मेरे को इनकम सोर्स जो बहुत घट जाते हैं भी उन्हां लई मैं कुछ कर सकां तो इसलिए मैं एक ये भी जरिया कि ये नाल मैं उन्हां लई कुछ कर सकदा जिहड़े स्पोर्ट्स प्लेयर आ जां आपदे इलाके दे बहुत वधिया प्लेयर उठ सकदे उन्हां लई कोई ढांचा तैयार करना जां उन्हां नूं कोई कुछ दे सकदा होवां क्योंकि होर कई बार अपने परिवारों नूं देख के आपां नहीं दे सकदे हुंदे एक एक वीडियो राही एक एक शौक जिहड़ा स्पोर्ट्स राही वो मैं इस तरह पूरा करन दी कोशिश करदा हुंना गा नाले वीडियो बन जांदी आ नाले पुन्न ते नाले फलियां ते नाले पुन्न भी कर लईदा ते नाले जो इहदे नाल आपदा शौक भी पूर लैना। दोस्तों आ जिहड़ी मशीन लियांदी आ जिहड़ी ग्रास कटिंग हुंदी आ जिहड़ी बाहरले देशां चों मिलदी आ इह ईएमआई कोई ईमेज नां दा सॉफ्टवेयर आ उत्थों मंगाई आ ते देख सकदे आ ते बहुत सोहणी मतलब इहदी डेकोरेशन कीती होई आ ते इहदा कवर आ बैक उपरला ते इहदी भी बहुत वधिया मतलब सॉलिड चीज़ दा बनाया होया ते इस तों अगे आ मतलब इहदा उतरला जिहड़ा इलैक्ट्रीकल जिहनूं कह दईए इलैक्ट्रीकल पाइप हुंदा गा जिहड़ा इहदे नाल स्विच वगैरह दित्ती आ ते इह मशीन नाल जॉइंट हुंदा गा ते तुसीं देख रहे हो ते आपां ये सारी मशीन आ मशीन का उतला ढक्कन ये उतला ढक्कन आ गया मशीन का आज तुसीं देख रहे हो ते बहुत सोहनी पैकिंग कीती हुई है तुसीं देख रहे हो आ सारी मशीन आ गई है बहुत सुंदर। दोस्तों आपां इस डब्बे चों इहनूं ओपन कर लिया बाहर कढ लिया ते इस तरह की इहदी लुक आ आ जिहड़े टायर लगे हुए आ ते पिछली साइड आदि दिते हुए आ मैं ये पैर नहीं लाना तो इलैक्ट्रीकल जां चाबी नहीं फसाउणी विच इहदे ते आ चीज़ां साइन दिते हुए आ ये स्काइल नां दी कंपनी आ 220 ते 240 वोल्टेज दी आ 1300 वाट दी आ ते तुसी देख रहे हो इत्थे मेड इन चाइना दिता होया साइन 1300 वाट दी आ ते बहुत सोहनी लुक है इहदी ते आ जिहड़े इहदे टापे वगैरह दिते हुए आ इहदे टापे टूपे दिते हुए आ जिहड़े उपर मतलब कह दईए कवर करदे आ इहनूं प्लास्टिक नूं ते इहनूं आपां असैंबल करदे आ ते किवें दी लगदी है ते कटिंग करके वेखदे आ ते वीडियो वध तों वध शेयर कर दिओ जे तुहानू मेरी वीडियो नू वधिया लगी हुई आ आपां नाल बुक वगैरह दित्ती हुई आ जिहदे विच आपां पढ़ के सारियां चीज़ां असैंबल कर सकदे हां इहदे रॉड वगैरह जिहड़ियां इहदियां हैगियां ते नाल इहदे नट वगैरह जिहड़े हुंदे आ उह इहदे च आए आ। आपां इह ओपन कर लई आ मशीन ते जिहड़ी है अपने ग्रास कटर नू कह लईए आपां इह ग्रास कटर आ ते इहदे विच आ जिहड़ियां पाइपां इस तरह पा देणियां इहदे विच इह विचों ओपन करके आपां डब्बे दे रखती आ ते इहनूं आए मतलब इहदियां कढ लैणियां पाइपां हुंदियां दो इहदे विच इहनूं असैंबल करन लई नट वगैरह दित्ते होए आ जिवें तुसीं देख रहे हो इह क्लैंप वगैरह जां होल्डर आ ते आ तुसीं देख रहे हो जिवें इहदे विच नट वगैरह दिते हुए आ जिहड़े इहनूं असैंबल करनगे आ देखो हुक्कां वगैरह ते इहदे च नट नूट दिते हुए आ ठीक है आपां इहनूं असैंबल करदे हां पार्ट नूं इहदे विच आ नट वगैरह आए हुए आ असैंबल करन दे लई ते आपां हौली हौली असैंबल करते हैं इस चीज़ नूं ते
दोस्तों जिमें जिमें मैं असैम्बल करी जाता तो तुम वीडियो देख रहे हैं, पर वो तो वह वीडियो शेयर जरूर कर दौ नाल दी नाल। मैं जिमें जिमें इनू असैम्बल करी जाता तो जरूर शेयर कर दौ। दोस्तों आ तुसी देख सकते हो भी इधरली साइड तो पैप कसी गई है, तो इधरली साइड तो भी पैप आप कसती है, तो इधरली साइड ये सुराख होंगे आ जिहड़े तुसी देख रहे हो, आ जिहड़ा नट आ ये नट कस के ये जिहड़ियां पाइपां कसियां। दोस्तों फिर आ जिहड़ियां पाइपां आ जांदियां ये इत्थे लगदियां, जिहड़ा दा इलैक्ट्रिकल हुंदी आ पावर वह इहदे नाल कनैक्ट हो जाती है। लगभग मशीन अद्धी क तैयार हो चुकी है, आ पावर आ गई इधरली साइड, तो आदा इलैक्ट्रिकल लगभग इन्नी क तैयार हो चुकी है। तो आ जोड़े दो कलैंप आप फिट करते हैं, देखते हैं कितने फिट हो गए। दोस्तों आ जोड़े कलैंप दते हुए है ना, तो ये कलैंप इतने होल्डर करने वास्ते जी होल्ड करने वास्ते तार दिती हुई है, जी काफ़ी लंबक रही होंगी है उन्होंने होल्ड करने वास्ते होल्डर होंगे आ लग गया, तो एक इतने लग गया दो लग गया, इनू आप तार पूरी सही तरीके कसता ठीक है। दोस्तों आ जड़ा होंगे गा ये ग्रास ये जमा हों टापा कह दिए आप, बैक साइड होंगी है मशीन की, तो इनू आप मतलब जोड़ते हैं, ये हैंडल आ इस मशीन के जोड़ा बैकसाइड वो होंगे गा ग्रास वाधू ये जमा होंगे गा, तो ये तकरीबन अपना सारा असैम्बल हो चुके है, तो तकरीबन थोड़ा बहुत ही रह गया गा असैम्बलिंग करने वास्ते, तो इनू आप असैम्बल कर दें। ये लॉक होंगे है दोस्तों आ तुसी देख सकते हैं लॉक है ये, तो हर पासे इनू फिट करने वास्ते सारा प्लास्टिक का मटीरियल आ। दोस्तों आ जिहड़ा ग्रास जिहदे च घा जमा हो जाता वो अपना असैम्बल होके तैयार आ, तो आ देख लो तो यह हैंडल सीगा ये फिट हो गया, तो बिच जी लॉक वगैरह सी वो सारे असैम्बल करते हैं। दोस्तों आ जिहड़ा मशीन है यदा टापा होंगे बैकसाइड इनू ए चक लिया जाता गा, तो इनू चक के जड़ी ये आह हों गा ग्रास वाला ए लग जाता, तो ये असैम्बल हो गया सारा अपना इस टाइम ये घा कट्ट रेडी आ। जड़े यूरोपिया अदर कंट्रिया के होंगे प्लग इस तरह के होंगे, ये साइडा तो कलैंप तौर पर ग्रिप करता गा ये, तो ये जोड़े आ शू होंगे बच्च लग जाते हैं, तो आ साइडा तो अर्थ हों गा, तो ये करंट वगैरह ए लग जाते लॉक हो जाता भी कोई मीह कणी हो जाए जो कुछ भी प्रॉब्लम आ जाए आनी आ जाए एक तरह का लॉक का काम करते भी पिछे नहीं हटते, ये बहुत घट अपने है नहीं गए ये इस तरीके का। तो इस तरीके आ जोड़ा तुम देख रहे हो शू, तो आ दोनों शू ए बचाले सेंटर पै जाएंगे, तो साइडा तुम देख रहे हो जोड़े लॉक साइडा वाले सके वो पै जाएंगे हल फिट हो गया, तो ये थले ना दिता वा कलैंप जहा जिद तुम देख रहे हो एक कलैंप के मतलब एडजस्ट हो जाता, ये किसी पास जाती नहीं तार खराब नहीं होंगी टुटती नहीं। दोस्तों आदा बटन दिता हुआ इनू एक पहला इनू बटन नप लेना आप, फिर इनू ए शुरू हो जाती है देखो
इनू छड़ दिए तां इह बंद हो जांदा। पहला ना बटन नपना पैंदा ते आ खिंचना पैंदा। लो रेडी हो चुकी है, दे रहे हैं। दोस्तों बहुत सोहनी कटिंग कर दी है ये मशीन। इस टाइम देख रहे हो दे ग्रास आ चुका, ये घा आ चुका, घा कटिया गया गया तो मशीन आप खड़ गई है तो ऐ घा जमा हो जाता इस आप इतने लिफाफे मिल जाते हैं बहरले देशों के इस लिफाफे दे इस तरह घा पा दिता जाता। ठीक है, दोस्तों तुसी देख सकते हो घा ये पा दिता गया ते कढ के तकरीबन इस तरह पा दिता जाता जिदे ना भी घा की सफाई हो जाती है ग्राउंड के घा की जड़ी यदी होंगी कटिंग और रहने नाल फिर घा वाधा नहीं गा तो साफ सुथरा नहीं होंगे गा ये ना पूरी वधिया सफाई आ जाती है। वीडियो थानू किवें लगी तो वीडियो दे विच शेयर जरूर कर देना तो कमेंट जरूर देने सुझाव जरूर देने वीडियो किवें लगी। तो आ जिहड़ा ग्रास कटर की वीडियो सी इहदे विच बहुत वधिया तजर्बा होया एक्सपीरियंस होया तो जिहड़ी मेरी लोकेशन बनी हुई है इत्थे मैं जिहड़ी लोकेशन बनाई आ फ्री टाइम दे विच ते इहदे लई जरूर सुझाव देना कि बहुत वधिया लगी तुहानू जां ठीक ठाक सी ते शेयर जरूर कर देना। धन्यवाद, मैं थोड़ा जग्गी खाई वाला अगे तो वधिया वीडियो लैके आने की कोशिश करता रहांगा।